ਦੇਖੋ ਸ਼ਹੀਦ ਦਾ ਦਰਜਾ ਉਹਨਾਂ ਲੋਕਾਂ ਨੇ ਥੋੜ੍ਹਾ ਦੇਣਾ ਹੈ ਜਿਹੜੇ ਲਟੇਰੇ ਹਾਕਮਾਂ ਦੀਆਂ ਨੀਤੀਆਂ 'ਤੇ ਚੱਲਦੇ ਨੇ। ਸ਼ਹੀਦ ਦਾ ਦਰਜਾ ਤਾਂ ਉਹ ਸ਼ਹੀਦ ਨੂੰ ਉਹੀ ਦੇ ਸਕਦੇ ਨੇ ਜਿਹੜੇ ਸ਼ਹੀਦ ਦੇ ਰਾਹਾਂ 'ਤੇ ਚੱਲਦੇ ਨੇ, ਉਹਦੇ ਰਾਹਾਂ ਨੂੰ ਪਰਨਾਏ ਹੋਏ ਨੇ, ਜਿਨ੍ਹਾਂ ਨੇ ਕੁਰਸੀਆਂ ਕਰਸੀਆਂ ਪਾਸੇ ਰੱਖ ਕੇ ਲੋਕਾਂ ਦੀ ਲੜਾਈ ਲੜੀ ਹੈ, ਉਹ ਲੋਕ ਹੀ ਰਾਹ ਨੂੰ ਚੁਣ ਸਕਦੇ ਨੇ। ਬੇਸ਼ੱਕ ਕਹਿ ਸਕਦਾ ਭਗਵੰਤ ਮਾਨ ਉਹਨੇ ਭਗਤ ਸਿੰਘ ਦੇ ਬਸੰਤੀ ਰੰਗ ਦੀ ਪੱਗ ਬੰਨ ਕੇ ਅਤੇ ਚੁੰਨੀਆਂ ਲੈ ਕੇ ਜਾਂ ਖੜਕੜ ਕਲਾਂ ਦੇ ਵਿੱਚ ਸਹੁੰ ਸਮਾਗਮ ਚੁੱਕ ਕੇ ਭਗਤ ਸਿੰਘ ਨਹੀਂ ਬਣ ਸਕਦਾ। ਉਹਦੀਆਂ ਨੀਤੀਆਂ ਨੂੰ ਤਾਂ ਚੱਲ ਕੇ ਤਾਂ ਭਗਤ ਸਿੰਘ ਦਾ ਬੈਠਦਾ ਹੀ ਹੈ ਨਾ, ਉਹ ਕਹਿੰਦਾ ਵੀ ਜੇ ਮੈਂ ਇੱਥੇ ਕਾਣੀ ਵੰਡ ਖਤਮ ਕਰ ਦੂੰਗਾ, ਜ਼ਮੀਨਾਂ ਦੀ ਤੋਟ ਪੂਰੀ ਕਰ ਦੂੰਗਾ। ਜਿਹੜੀਆਂ ਇਹ ਨੀਤੀਆਂ ਭਗਤ ਸਿੰਘ ਦੀਆਂ ਨੇ ਸਾਮਰਾਜਮੇ ਖਾਤਮੇ ਦੀ ਗੱਲ ਕਰਦੀਆਂ ਨੇ, ਸਾਮਰਾਜਮੇ ਖਾਤਮੇ ਦੀ ਗੱਲ ਤਾਂ ਉਹਨੇ ਕਦੇ ਵੀ ਨਹੀਂ ਮਾਂ ਦੇ ਪੁੱਤ ਨੇ ਕੀਤੀ। ਇਸ ਕਰਕੇ ਜਿਹੜੀਆਂ ਸਰਮਾਏਦਾਰਾਂ ਨੇ ਨੀਤੀਆਂ ਬਣਾਈਆਂ ਨੇ ਜਿਹਦੇ ਕਰਕੇ ਸਾਡੇ ਲੋਕ ਔਖੇ ਨੇ, ਜਿਹਦੇ ਕਰਕੇ ਸਾਡੇ ਬੱਚਿਆਂ ਕੋਲ ਰੁਜ਼ਗਾਰ ਨਹੀਂ, ਜਿਹਦੇ ਕਰਕੇ ਸਾਡੇ ਸਿਰ ਗਲ ਗਲ ਕਰ ਜਾਏ, ਉਹ ਨੀਤੀਆਂ 'ਤੇ ਪਹਿਰਾ ਦੇ ਰਹੇ ਨੇ, ਉਸੇ ਦੀ ਕਸਮ ਖਾਧੀ ਉਹਨਾਂ ਨੇ। ਇਸ ਕਰਕੇ ਸਾਨੂੰ ਨਹੀਂ ਆਸ ਲੱਗਦੀ ਵੀ ਉਹ ਕੋਈ ਭਗਤ ਸਿੰਘ ਦੇ ਰਾਹ ਨੂੰ ਪਰਨਾਏ ਹੋਏ ਨੇ। ਕਹਿੰਦੇ ਪੱਗਾਂ ਬੰਨਣ ਨਾਲ ਭਗਤ ਸਿੰਘ ਨਹੀਂ ਬਣ ਜਾਂਦਾ, ਨਾ ਹੀ ਉਹਦੀਆਂ ਨੀਤੀਆਂ 'ਤੇ ਚੱਲਿਆ ਜਾਂਦਾ। ਜਿਵੇਂ ਕਿ ਸੈਂਟਰ ਦੇ ਵਿੱਚ ਵੋਟਾਂ ਪੈ ਚੁੱਕੀਆਂ ਨੇ, ਪੰਜਾਬ ਵਿੱਚ ਵੀ ਪਈਆਂ ਨੇ, ਪਰ ਮੋਦੀ ਸਰਕਾਰ ਦੇ ਜੂਨ ਹੀ ਫਿਰ ਸਰਕੀ ਜਿੰਨੀਆਂ ਪੰਜਾਬ ਦੀਆਂ ਲਟਕਦੀਆਂ ਮੰਗਾਂ ਸੀ ਉਸੇ ਤਰੀਕੇ ਦੇ ਨਾਲ ਖੜੀਆਂ ਨੇ। ਕਾਨੂੰਨ ਹੈ ਜਿਹੜੇ ਲੱਗਦਾ ਕਿ ਉਹ ਫਿਰ ਉਸੇ ਤਰੀਕੇ ਨਾਲ ਰੱਦ ਕਰਨ ਦੇ ਮੂਡ ਦੇ ਵਿੱਚ ਆ ਰਿਹਾ, ਕੀ ਦੇ ਕਹਿਣਾ ਚਾਹੁੰਦੇ? ਰੱਦ ਕਰਨ ਦੇ ਮੂਡ 'ਚ ਤਾਂ ਰੱਦ ਤਾਂ ਕਰ ਚੁੱਕਿਆ, ਉਹ ਦੁਬਾਰੇ ਲਾਉਣ ਦੀ ਗੱਲ ਕਰੋ। ਜਿੱਥੇ ਤੱਕ ਤੁਸੀਂ ਕਹਿੰਦੇ ਹੋ ਵੀ ਉਹ ਚਾਰ ਰਾਜਾਂ 'ਚ ਚੋਣਾਂ ਜਿੱਤ ਗਿਆ ਅਤੇ ਪੰਜਾਬ 'ਚ ਚੋਣ ਹਾਰ ਗਿਆ, ਅਤੇ ਮੋਦੀ ਸਰਕਾਰ ਦੇ ਕੰਨ 'ਤੇ ਜੂ ਨਹੀਂ, ਤੁਸੀਂ ਕਦੇ ਕੰਨ ਦੇਖਿਆ ਉਹਦਾ? ਕਦੇ ਤੁਸੀਂ ਜੂ ਫਿਰਦੀ ਦੇਖੀ ਹੈ? ਇਹ ਗੱਲ ਤਾਂ ਤੁਹਾਡੇ ਕਿਆਸ ਲਾਈਆਂ ਹੋਈਆਂ ਨੇ ਵੀ ਉਹਨੂੰ ਕੋਈ ਫਰਕ ਨਹੀਂ ਪਿਆ। ਇਹ ਤਾਂ ਜਦੋਂ ਅਸੀਂ ਅੰਦੋਲਨ ਚੱਲ ਰਿਹਾ ਸੀ ਉਦੋਂ ਵੀ ਮੀਡੀਆ ਵਾਲੇ ਕਹਿੰਦੇ ਹੁੰਦੇ ਸੀ ਵੀ ਮੋਦੀ ਨੂੰ ਕੋਈ ਫਰਕ ਨਹੀਂ ਪੈਂਦਾ, ਭਾਈ ਸਾਲ ਬੈਠੇ ਰਹੋ ਚਾਹੇ 2 ਸਾਲ ਬੈਠੇ ਰਹੋ। ਅਸਲ ਵਿੱਚ ਪੰਜਾਬ ਦੀ ਧਰਤੀ ਕਿਹੋ ਜਿਹੀ ਧਰਤੀ ਹੈ, ਜਿੰਨਾ ਚਿਰ ਤੱਕ ਇੱਥੇ ਚੈਨ ਨਹੀਂ ਨਾ ਹੁੰਦੀ, ਮੋਦੀ ਕੀ ਉਹਦਾ ਪਿਓ ਹੋਵੇ ਕੁਰਸੀ 'ਤੇ ਉਹ ਚੈਨ ਨਾਲ ਨਹੀਂ ਬਹਿ ਸਕਦਾ। ਤੁਸੀਂ ਕਿਵੇਂ ਕਹਿਤਾ ਵੀ ਮੋਦੀ ਦੇ ਕੰਨ 'ਤੇ ਜੂ ਨਹੀਂ ਸਰਕੀ? ਬਾਈ ਲਹਿਰਾਂ ਜਦੋਂ ਉੱਠਦੀਆਂ ਨੇ, ਇਹ ਨਹੀਂ ਵੀ ਸਾਰੇ ਪੰਜਾਬ ਹਿੰਦੁਸਤਾਨ 'ਚ ਇਕੱਠੀਆਂ ਉੱਠਦੀਆਂ ਨੇ, ਕਿਸੇ ਇੱਕ ਖਿੱਤੇ 'ਚ ਉੱਠਦੀਆਂ ਹੁੰਦੀਆਂ ਨੇ, ਇੱਕ ਗੱਲ ਉੱਠੀ ਹੋਈ ਹੈ ਪੰਜਾਬ ਦੇ ਵਿੱਚ। ਇਹ ਲਹਿਰ ਨੇ ਸਾਬਤ ਕੀਤੀ ਹੈ, ਤਬਦੀਲੀ ਕੀਤੀ ਹੈ, ਅਤੇ ਇਹ ਤਬਦੀਲੀ ਹੁਣ ਸਾਨੂੰ ਨਹੀਂ ਪਤਾ ਦੂਜਿਆਂ ਸੂਬਿਆਂ ਦੇ ਵਿੱਚ ਉਹ ਕਿਵੇਂ ਜਿੱਤੇ ਨੇ, ਪਰ ਦੂਜਿਆਂ ਸੂਬਿਆਂ 'ਚ ਮੋਦੀ ਦੇ ਖਿਲਾਫ਼ ਕਾਨੂੰਨਾਂ ਦੇ ਖਿਲਾਫ਼ ਜਿਵੇਂ ਗੱਲ ਪਹੁੰਚਾਉਣੀ ਸੀ ਉਹ ਸਾਡੇ ਅੰਦੋਲਨ ਨੇ ਪਹੁੰਚਾਈ ਹੈ। ਅਸੀਂ ਇਹ ਸਮਝਦੇ ਹਾਂ ਵੀ ਸਾਡਾ ਅੰਦੋਲਨ ਕਾਮਯਾਬ ਰਿਹਾ, ਜਿੰਨੀ ਗੱਲ ਉੱਧਰ ਪਹੁੰਚਾਉਣੀ ਸੀ ਉੱਧਰ ਚਲੀ ਗਈ, ਉੱਧਰ ਅੰਦੋਲਨ ਚੱਲਦੇ ਨੇ ਜਿਵੇਂ ਪੰਜਾਬ 'ਚ ਹੁੰਦੇ ਨੇ, ਹੌਲੀ ਹੌਲੀ ਅੰਦੋਲਨ ਉੱਧਰ ਵੀ ਇੰਨੇ ਹੋਣ ਲੱਗ ਜਾਣਗੇ। ਇਹ ਗੱਲ ਨਹੀਂ ਵੀ ਉਹਨਾਂ 'ਤੇ ਕੋਈ ਫਰਕ ਨਹੀਂ ਪਿਆ, ਇਹ ਤਾਂ ਤੁਹਾਡਾ ਸੋਚਣਾ ਹੋ ਸਕਦਾ। ਜਿਵੇਂ ਕਿ ਜਿਹੜੀਆਂ ਬਾਕੀ ਲਟਕਦੀਆਂ ਮੰਗਾਂ ਨੇ, ਕੀ ਉਹ ਜਲਦੀ ਪੂਰੀਆਂ ਆਪਾਂ ਕਰਾ ਲਿਆ ਪਾਵਾਂਗੇ? ਮੰਗਾਂ ਤਾਂ ਬਹੁਤ ਲਟਕਦੀਆਂ ਨੇ ਜੀ, ਲਟਕਦੀਆਂ ਤਾਂ ਕਿੰਨੀਆਂ ਕਹਿ ਸਕਦੇ ਹਾਂ, ਕੁਝ ਦਿੱਲੀ ਮੋਰਚੇ ਨਾਲ ਲੱਗੀਆਂ ਹੋਈਆਂ ਨੇ ਉਹ ਮੰਗਾਂ ਨੇ, ਕੁਝ ਸਾਡੀਆਂ ਬੁਨਿਆਦੀ ਮੰਗਾਂ ਨੇ, ਜ਼ਮੀਨਾਂ ਦੀ ਤੋਟ ਵਾਲੀ ਮੰਗ ਹੈ, ਕਰਜ਼ੇ ਦੇ ਖਾਤਮੇ ਵਾਲੀ ਮੰਗ ਹੈ, ਅਤੇ ਬੇਰੁਜ਼ਗਾਰੀ ਨੂੰ ਖਤਮ ਕਰਨ ਦੀ ਮੰਗ ਹੈ, ਆਮ ਨਸ਼ੇ ਦਾ ਖਾਤਮਾ ਕਰਨ ਦੀ ਮੰਗ ਹੈ, ਇਹ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਮੰਗ ਕਰਦੇ ਹਾਂ। ਇਹ ਸਾਡੀਆਂ ਬੁਨਿਆਦੀ ਮੰਗਾਂ ਨੇ, ਇਹ ਚੱਲ ਰਹੀਆਂ ਨੇ, ਇਹ ਜਿੰਨਾ ਚਿਰ ਖਤਮ ਨਹੀਂ ਹੁੰਦੇ ਤਾਂ ਹੀ ਤਾਂ ਦਿਨ ਮਨਾ ਰਹੇ, ਅਤੇ ਕਹਿ ਰਿਹਾ ਵੀ ਉਹਨਾਂ ਚਿਰ ਲੜਾਂਗੇ ਅਸੀਂ, ਸੰਘਰਸ਼ ਕਰਾਂਗੇ, ਸੰਘਰਸ਼ ਕਰਨਾ ਸਾਡਾ ਕੰਮ ਹੈ। ਇਹ ਅੱਜ ਵੀ ਦੇਖ ਰਹੇ ਹਾਂ ਵੀ ਜਿਹੜੀ ਸ਼ਹੀਦ ਆਜ਼ਮ ਭਗਤ ਸਿੰਘ ਦੀ ਸੋਚ ਕਿਵੇਂ ਅਧੂਰੀ ਖੜੀ ਹੈ, ਜਿਵੇਂ ਉਹਨਾਂ ਨੇ ਕਿਹਾ ਸੀ ਵੀ ਇਨਕਲਾਬ ਜ਼ਿੰਦਾਬਾਦ ਅਤੇ ਸਾਮਰਾਜਵਾਦ ਮੁਰਦਾਬਾਦ। ਘੱਟੋ ਘੱਟ 70-75 ਸਾਲਾਂ ਦੀਆਂ ਇਲੈਕਸ਼ਨਾਂ ਤੋਂ ਬਾਅਦ ਅਸੀਂ ਐਂ ਦੇਖਿਆ ਵੀ ਚਲੋ ਕਿਸੇ ਨੇ ਤਾਂ ਇਨਕਲਾਬ ਜ਼ਿੰਦਾਬਾਦ ਦਾ ਅਖੀਰ ਨਾਰਾ ਲਾਇਆ, ਪਰ ਸਾਮਰਾਜਵਾਦ ਮੁਰਦਾਬਾਦ ਦਾ ਨਾਰਾ ਕੰਪਲੀਟ ਨਾ ਨਹੀਂ ਕੀਤਾ ਗਿਆ। ਉਹ ਫਰਕ ਕੀ ਹੈ, ਉਹ ਸੋਚ ਦਾ ਫਰਕ ਕੀ ਹੈ? ਸੋਚ ਦਾ ਫਰਕ ਇਹ ਹੈ ਵੀ ਸਿਰਫ ਰੰਗ ਬਦਲਿਆ ਲਟੇਰਿਆਂ ਦਾ। ਪਹਿਲਾਂ ਅੰਗਰੇਜ਼ ਸੀਗੇ, ਗੋਰੇ ਸੀ, ਹੁਣ ਲੁੱਟਣ ਵਾਲੀ ਜਿਹੜੀ ਧਿਰ ਹੈ ਉਹ ਸਾਡੇ 'ਚੋਂ ਸਾਡਾ ਭਾਈਚਾਰਾ, ਉਹ ਕਾਲੇ ਅੰਗਰੇਜ਼ ਨੇ ਜਿਹੜੇ ਸਾਨੂੰ ਲੁੱਟ ਰਹੇ ਨੇ। ਸਾਮਰਾਜਵਾਦ ਜਿਹੜਾ ਨਾਰਾ ਦਿੱਤਾ ਸੀ ਵੀ ਮੁਰਦਾਬਾਦ, ਜਿੰਨਾ ਚਿਰ ਸਾਮਰਾਜਵਾਦ ਦਾ ਮੁਰਦਾਬਾਦ ਨਹੀਂ ਕੀਤਾ ਜਾਊਗਾ, ਬਹੁ ਕੌਮੀ ਕੰਪਨੀਆਂ ਜਿਹੜੀਆਂ ਲੁੱਟ ਕੇ ਆਪਦੀਆਂ ਕਚੋਰੀਆਂ ਭਰਦੀਆਂ ਨੇ, ਅਤੇ ਆਮ ਮਜ਼ਦੂਰ ਵਰਗ ਦਾ ਜਾਂ ਕਿਸਾਨ ਵਰਗ ਦੀ ਜਿਹੜੀ ਵੱਡੀ ਲੁੱਟ ਕੀਤੀ ਜਾਂਦੀ ਹੈ, ਜਦੋਂ ਉਹ ਬਰਾਬਰਤਾ ਦਾ ਜਿਹੜਾ ਪਾੜਾ ਹੈ ਉਹ ਦੂਰ ਨਹੀਂ ਕੀਤਾ ਜਾਣਾ, ਉਨਾ ਚਿਰ ਇਹ ਜਿਹੜੀਆਂ ਸ਼ਹੀਦਾਂ ਦੀਆਂ ਸੋਚਾਂ ਆਈ ਅਧੂਰੀਆਂ ਰਹਿਣਗੀਆਂ, ਅਤੇ ਸਦਾ ਹੀ ਸ਼ਹੀਦਾਂ ਦੇ ਜਿਹੜੇ ਆਪਾਂ ਜੋੜ ਮੇਲੇ ਕਰਾਉਂਦੇ ਰਹਾਂਗੇ, ਉਹਨਾਂ ਦੀਆਂ ਜਿਹੜੀਆਂ ਅੰਤਿਮ ਸੋਚਾਂ ਸੀ ਉਹਨਾਂ ਨੂੰ ਉਜਾਰਦੇ ਰਹਾਂਗੇ, ਉਹਨਾਂ ਨੂੰ ਉਭਾਰਦੇ ਰਹਾਂਗੇ। ਲੱਗਦਾ ਆਮ ਆਦਮੀ ਪਾਰਟੀ ਆਈ ਹੈ, ਉਹਨਾਂ ਨੇ ਵੀ ਸ਼ਹੀਦ ਭਗਤ ਸਿੰਘ ਜੀ ਨੂੰ ਮਤਲਬ ਕਿ ਦਰਜਾ ਦੇਣ ਦੀ ਕੋਸ਼ਿਸ਼ ਕੀਤੀ ਹੈ।
जे तुसी ऐ देखो जी जिहड़ा बंदा इनकलाब जिंदाबाद का नारा ला रहा है इहदा मतलब वह कुछ ना कुछ थोनू चीज बेचण आया है वो आपकी कोई चीज़ आपका कोई निज मूहरे रख के आया भगत सिंह के नाँ तो कोई चीज़ आपकी बेच रहा है जे वह चीज़ बेच लोगों की जिंदगी संबंधित है लोगों बेचण संबंधित है तो जथेबंदी सदैव लड़ती है या लड़ती रहूगी तो चंगा असी मानते जे यह नारा शहीद आजम भगत सिंह का पूरा किया जाता इनकलाब जिंदाबाद तो साम्राज्यवाद मुर्दाबाद कहा जाता यह कहना औखा है सरकारां नूं क्यों लुटेरी जमात है लुट्टण नूं बणदे ने उह जिहड़े मर्जी रंग च हो जाण जिहड़े मर्जी ढंग दे विच हो जाण अज जो बरनाले जिले दे विच शहीद भगत सिंह राजगुरू ते सुखदेव दा 92वां शहीदी दिहाड़ा मनाया जा रहा है ਉਹ ਇਹ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ ਪੰਜਾਬ ਦੇ ਤਕਰੀਬਨ 16 ਜ਼ਿਲ੍ਹਿਆਂ 'ਚ ਮਨਾਇਆ ਜਾ ਰਿਹਾ ਹੈ ਭਗਤ ਸਿੰਘ ਕਹਿੰਦਾ ਕੀ ਸੀ ਭਗਤ ਸਿੰਘ ਦੀ ਸੋਚ ਕੀ ਸੀ ਉਹ ਸਾਰੀਆਂ ਗੱਲਾਂ ਅੱਜ ਇੱਥੇ ਨੌਜਵਾਨਾਂ ਨੂੰ ਸਟੇਜ ਦਿੱਤੀ ਗਈ ਹੈ ਲੋਕਾਂ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਕਿਉਂਕਿ ਭਗਤ ਸਿੰਘ 1931 ਨੂੰ ਜਦੋਂ ਉਹਨੂੰ ਫਾਂਸੀ ਦਿੱਤਾ ਗਿਆ ਉਸ ਤੋਂ ਪਹਿਲਾਂ ਉਹ ਖਾਸੀਆਂ ਗੱਲਾਂ ਕਹਿ ਗਿਆ ਸੀ ਕਿ ਇੱਥੇ ਆਜ਼ਾਦੀ ਤਾਂ ਆਊਗੀ ਇੱਕ ਸਮਝੌਤਾ ਹੋਊ ਉਹ ਪੂਰਨ ਆਜ਼ਾਦੀ ਨਵੀਂ ਆਊਗੀ ਉਹ ਪੂਰਨ ਆਜ਼ਾਦੀ ਕੀ ਸੀ ਉਹ ਸਾਰੀਆਂ ਗੱਲਾਂ ਸਾਂਝੀਆਂ ਕਰਨੀਆਂ ਉਹਨੇ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮੁਰਦਾਬਾਦ ਦਾ ਨਾਰਾ ਦਿੱਤਾ ਉਹ ਨਾਰਾ ਅਜੇ ਤੱਕ ਪੂਰਾ ਨਹੀਂ ਹੋਇਆ ਇੱਥੋਂ ਦੀਆਂ ਵੱਖ ਵੱਖ ਵੋਟਾਂ ਵਾਲੀਆਂ ਪਾਰਟੀਆਂ ਰਾਜ ਕਰਨ ਵਾਲੇ ਹਾਕਮ ਵੀ ਨਾਰਾ ਦੇ ਕੇ ਇਨਕਲਾਬ ਜਿੰਦਾਬਾਦ ਦਾ ਨਾਰਾ ਤਾਂ ਦੇ ਦਿੰਦੇ ਹੈ ਪਰ ਮਗਰਲਾ ਜੋ ਸਾਮਰਾਜਵਾਦ ਮੁਰਦਾਬਾਦ ਦਾ ਨਾਰਾ ਹੈ ਉਹ ਨਹੀਂ ਲਾਉਂਦੇ ਉਹ ਕਿਉਂ ਨਹੀਂ ਲਾਉਂਦੇ ਉਹਦੇ ਕਾਰਨ ਕੀ ਆ ਅਸਲ ਉਹ ਸਾਮਰਾਜਵਾਦ ਮੁਰਦਾਬਾਦ ਕਹਿੰਦਾ ਕਿਉਂ ਸੀ ਸਾਮਰਾਜਵਾਦ ਦਾ ਅਰਥ ਕੀ ਹੈ ਇਹ ਸਾਰੀਆਂ ਗੱਲਾਂ ਲੋਕਾਂ ਨੂੰ ਦੱਸਣ ਵਾਸਤੇ ਅੱਜ ਇੱਥੇ ਉਹਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਜਿਹੜੇ ਇਹ ਸਾਡੇ ਸ਼੍ਰੋਮਣੀ ਸ਼ਹੀਦ ਹੋਏ ਆ ਜੀ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਇਹਨਾਂ ਦੀ ਜਿਹੜੀ ਸੋਚ ਸੀਗੀ ਉਹ ਸੋਚ ਜਿਹੜੀ ਇਹ ਸੀਗੀ ਵੀ ਜਿਹੜੇ ਆਪਣੇ ਦੇਸ਼ 'ਚ ਜਿਹੜੀ ਆਜ਼ਾਦੀ ਆ ਜਿਹੜੀ ਆਜ਼ਾਦੀ ਆ ਜਿਹੜੀ ਹੁਣ ਇਹ ਆਪਾਂ ਨੂੰ ਕਿਤਾਬਾਂ 'ਚ ਵੀ ਪੜ੍ਹਾਈ ਜਾਂਦੀ ਆ ਜਾਂ ਪੇਸ਼ ਕੀਤੀ ਜਾਂਦੀ ਆ ਉਹ ਆਜ਼ਾਦੀ ਸੀਗੀ ਜਿਹੜੀ ਉਹ ਭਗਤ ਸਿੰਘ ਦੀ ਸੋਚ ਵਾਲੀ ਆਜ਼ਾਦੀ ਨਹੀਂ ਆਪਾਂ ਨੂੰ ਮਿਲੀ ਜਿਹੜੀ ਆਜ਼ਾਦੀ ਭਗਤ ਸਿੰਘ ਚਾਹੁੰਦਾ ਸੀ ਉਹ ਚਾਹੁੰਦਾ ਸੀ ਇੱਕ ਸਮਾਜ ਦੀ ਜਿਹੜੀ ਸਮਾਜ ਬਦਲਣਾ ਚਾਹੁੰਦਾ ਸੀ ਨਾ ਕਿ ਜਿਹੜੇ ਕੁਰਸੀ 'ਤੇ ਬੈਠੀ ਹਕੂਮਤ ਹਾਕਮ ਨੇ ਉਹਨਾਂ ਦਾ ਉਹਨਾਂ ਨੂੰ ਬਦਲਣਾ ਚਾਹੁੰਦਾ ਸੀ ਜਿਹੜੇ ਹੁਣ ਆਪਾਂ ਦੇਖੀਏ ਜਿਹੜਾ ਹੁਣ ਚੱਲ ਰਿਹਾ ਜਿਹੜੇ ਲੁੱਟ ਖਸੁੱਟ ਹੋਮੀ ਜਾ ਰਹੀ ਆ ਇਕੱਲਾ ਮੂੰਹ ਮਹਾਂਦਰਾ ਬਦਲਿਆ ਜਿਹੜੀ ਸਿਆਸਤ ਸੀਗੇ ਜਿਹੜੇ ਸਿਆਸਤਦਾਨ ਸੀਗੇ ਉਹਨਾਂ ਦੇ ਉਹਨਾਂ ਵੱਲੋਂ ਚਾਹੇ ਹੁਣ ਜਿਹੜੀ ਸਰਕਾਰ ਬਣੀ ਆ ਉਹਦੇ ਵੱਲੋਂ ਵੀ ਇਕੱਲਾ ਇਨਕਲਾਬ ਜਿੰਦਾਬਾਦ ਕਹਿ ਕੇ ਵੋਟਾਂ ਦਾ ਬਟੋਰੀਆਂ ਜਾ ਰਹੀਆਂ ਨੇ ਪਰ ਉਹਨਾਂ ਵੱਲੋਂ ਜਿਹੜਾ ਭਗਤ ਸਿੰਘ ਦਾ ਨਾਰਾ ਸੀਗਾ ਸਾਮਰਾਜਵਾਦ ਮੁਰਦਾਬਾਦ ਉਹ ਬਿਲਕੁਲ ਹੋਇਆ ਜਾ ਰਿਹਾ ਲੋਕਾਂ ਤੋਂ ਕਿਉਂਕਿ ਇਹ ਉਹ ਗਲਬੇ 'ਚ ਵੱਜੇ ਹੋਏ ਨੇ ਇਹ ਸਹੁੰ ਖਾਂਦੇ ਨੇ ਜਦੋਂ ਸੰਵਿਧਾਨ 'ਚ ਇਹ ਉਹ ਸਹੁੰ ਖਾਂਦੇ ਨੇ ਵੀ ਅਸੀਂ ਜਿਹੜਾ ਸਾਮਰਾਜਵਾਦ ਆ ਜਿਹੜੇ ਕਾਰਪੋਰੇਟ ਘਰਾਣੇ ਨੇ ਜਿਹੜੇ ਪਾਣੀ ਪੀ ਪੀ ਕੇ ਲੋਕਾਂ ਨੂੰ ਲੁੱਟਦੇ ਨੇ ਜਿਹੜੀ ਲੁੱਟ ਖਸੁੱਟ ਕਰਦੇ ਨੇ ਇਹ ਉਹਨਾਂ ਦੇ ਵਿੱਚ ਹੀ ਵੱਜੇ ਹੋਏ ਨੇ ਉਹਨਾਂ ਦੇ ਅਸੀਂ ਹੁਣ ਜਿਹੜੀ ਅੱਜ ਮੰਗ ਕਰਦੇ ਹਾਂ ਕਿਉਂਕਿ 2007 ਤੋਂ ਲੈ ਕੇ ਲਗਾਤਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਜਨਮ ਦਿਹਾੜੇ ਮਨਾਏ ਜਾ ਰਹੇ ਨੇ ਅਸੀਂ ਅਵੇਅਰ ਕਰਦੇ ਹਾਂ ਜਿਹੜੇ ਹੁਣ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਇਹ ਅਵੇਅਰ ਕਰਦੇ ਹਾਂ ਵੀ ਜਿਹੜੀਆਂ ਆਪਣੀਆਂ ਬੁਨਿਆਦੀ ਮੰਗਾਂ ਨੇ ਉਹ ਕੀ ਨੇ ਜਿਹੜੀ ਸਰਕਾਰ ਆਪਾਂ ਨੂੰ ਪਰੋਸ ਰਹੀ ਆ ਉਹ ਕੀ ਆ ਜੇ ਕੋਈ ਵੀ ਸਰਕਾਰ ਅੱਜ ਦੀ ਘੜੀ ਇਹ ਨਹੀਂ ਕਹਿੰਦੀ ਵੀ ਅਸੀਂ WTO ਦੀਆਂ ਨੀਤੀਆਂ 'ਚੋਂ ਬਾਹਰ ਆਵਾਂਗੇ ਜਾਂ ਅਸੀਂ ਸੰਸਾਰ ਬੈਂਕ ਦੀਆਂ ਨੀਤੀਆਂ 'ਚੋਂ ਬਾਹਰ ਆਵਾਂਗੇ ਇਹ ਉਹਦੇ ਵਿੱਚ ਵੱਜੀਆਂ ਹੋਈਆਂ ਨੇ ਉਵੇਂ ਜੇਕਰ ਇਹ ਜਿਹੜੇ ਜਿਹੜੇ ਗੁਲਾਮ ਬਣੇ ਹੋਏ ਨੇ ਜਿਹੜੀਆਂ ਅਮੈਰੀਕਾ ਤੋਂ ਚੱਲ ਕੇ ਜਿਹੜੀਆਂ ਨੀਤੀਆਂ ਪਾਲਸੀਆਂ ਆਉਂਦੀਆਂ ਨੇ ਉਹ ਸਾਡੇ 'ਤੇ ਲਾਗੂ ਕਰਦੇ ਆ ਜੋ ਕਿ ਸਾਡੇ ਸ਼ਹੀਦਾਂ ਦਾ ਸੁਪਨਾ ਨਹੀਂ ਸੀਗਾ ਅਸੀਂ ਉਹ ਮਹਾਨ ਸ਼ਹੀਦਾਂ ਨੂੰ ਅੱਜ ਨਮਨ ਕਰਨ ਵਾਸਤੇ ਸੱਚੀ ਸ਼ਰਧਾਂਜਲੀ ਦੇਣ ਵਾਸਤੇ ਇੱਥੇ ਬਰਨਾਲਾ ਜ਼ਿਲ੍ਹੇ ਦਾ ਇਕੱਠ ਰੱਖਿਆ ਅਤੇ ਇਹਦੇ ਵਾਸਤੇ ਅਸੀਂ ਇੱਥੇ ਇਕੱਠੇ ਦੇਖੋ ਜੀ ਇਹ ਸਾਰਾ ਇਹਨਾਂ ਦਾ ਢੰਗ ਹੁੰਦਾ ਜੀ ਵੋਟਾਂ ਵਟੋਰਨ ਦਾ ਜਿਹੜਾ ਇਹ ਬਸੰਤੀ ਰੰਗ ਆ ਇਹ ਬਸੰਤੀ ਰੰਗ ਵੋਟਾਂ ਵੇਲੇ ਆਉਂਦਾ ਵੋਟਾਂ ਵੇਲੇ ਇਹ ਉੱਗੜਦਾ ਗਾ ਹੁਣ ਇਹ ਵੋਟਾਂ ਵੇਲੇ ਜਿਹੜਾ ਇਹਨਾਂ ਦਾ ਬਸੰਤੀ ਰੰਗ ਸੀ ਇਹ ਵੋਟਾਂ ਦੇ ਸਮੇਂ ਗੂੜਾ ਹੋਇਆ ਇਸ ਤੋਂ ਬਾਅਦ ਹੁਣ ਇਹ 5 ਸਾਲ ਫਿੱਕਾ ਪੈ ਜੂਗਾ ਇਹਦਾ ਜਿਹੜਾ ਰੰਗ ਆ ਦੁਬਾਰੇ ਫਿਰ 5 ਸਾਲਾਂ ਨੂੰ ਜਦੋਂ ਵੋਟਾਂ ਆਉਣੀਆਂ ਨੇ ਫਿਰ ਭਗਤ ਸਿੰਘ ਦੀ ਗੱਲ ਹੋਊ ਫਿਰ ਇਹ ਬਸੰਤੀ ਪੱਗਾਂ ਮੂਹਰੇ ਆਉਣਗੀਆਂ ਪਰ ਜਿਹੜਾ ਇੱਕ ਸੰਘਰਸ਼ਾਂ ਦਾ ਰਾਹ ਜਿਹੜਾ ਭਗਤ ਸਿੰਘ ਨੇ ਦੱਸਿਆ ਸੀਗਾ ਉਹ ਰਾਗ ਆ ਉਹ ਜਿਹੜੇ ਆਹ ਕਿਰਤੀ ਲੋਕ ਨੇ ਜਿਹੜੇ ਇਕੱਠੇ ਹੋਏ ਬੈਠੇ ਨੇ ਜਿਹੜੇ ਹਕੂਮਤ ਨਾਲ ਸਿੱਧੇ ਮੱਥੇ ਟੱਕਰ ਲਾਈ ਬੈਠੇ ਨੇ ਇਹ ਰੰਗ ਆ ਜਿਹੜਾ ਇਹ ਰੰਗ ਗੂੜਾ ਹੁੰਦਾ ਜਾਣਾਗਾ ਜਿਹੜੀਆਂ ਸਰਕਾਰਾਂ ਨੇ ਇਹ ਕਦੇ ਨਹੀਂ ਚਾਹੁੰਦੀਆਂ ਵੀ ਜਿਹੜੀ ਭਗਤ ਸਿੰਘ
ਦੀ ਅਸਲੀ ਸੋਚ ਆ ਉਹ ਲੋਕਾਂ ਤੱਕ ਜਾਵੇ। ਇਹ ਸਿਰਫ ਇਹ ਚਾਹੁੰਦੇ ਆ ਵੀ ਅਸੀਂ ਇਹਨਾਂ ਦੇ ਨਾਂ ਤੇ ਵੋਟਾਂ ਲੈ ਲਈਏ, ਕੋਈ ਇਹ ਕੌਮੀ ਸ਼ਹੀਦ ਦਾ ਦਰਜਾ ਨਹੀਂ ਦੇ ਸਕਦੇ ਭਗਤ ਸਿੰਘ ਨੂੰ। ਭਗਤ ਸਿੰਘ ਦਾ ਨਾਰਾ ਨਹੀਂ, ਜੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਜੀ, ਭਗਤ ਸਿੰਘ ਨੇ ਜਿਹੜਾ ਸਾਮਰਾਜਵਾਦ ਮੁਰਦਾਬਾਦ ਦਾ ਨਾਰਾ ਦਿੱਤਾ ਸੀ ਉਹ ਨਹੀਂ ਇਹ ਲਾ ਸਕਦੇ। ਇਹ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਕਿੱਥੋਂ ਦੇ ਦੇਣਗੇ ਜੀ? ਇਹਨਾਂ ਦਾ ਤਾਂ ਵੋਟਾਂ ਲੈਣ ਤੱਕ ਹੀ ਬਸ ਸਾਰਾ।